ਤਹਿਕੀਕ ਦੇ ਤਰੀਕਾ ਕਾਰ ਤੇ ਮਰਾਹਲ ਵਿੱਚ ਅੱਜ ਅਸੀਂ ਮਵਾਦ ਪੜਾਂਗੇ ਮਵਾਦ ਯਾਨੀ ਉਹ ਮਟੀਰੀਅਲ ਜਿਹੜਾ ਤਹਿਕੀਕ ਦੇ ਕੰਮ ਵਿੱਚ ਇਸਤੇਮਾਲ ਹੋਣਾ ਹੈ ਮਵਾਦ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਪਹਿਲੀ ਕਿਸਮ ਹੈ ਅਵਲੀਨ ਯਾਨੀ ਪ੍ਰਾਇਮਰੀ ਦੂਜੀ ਹੈ ਸਾਨਵੀ ਯਾਨੀ ਸੈਕੰਡਰੀ ਮਵਾਦ ਦੀ ਕਿਸਮਾਂ ਨੂੰ ਔਰ ਵੀ ਦੋ ਜਿਹੜੋਂ ਦਾ ਨਾਂ ਹੈ ਉਹ ਇਹ ਨਹੀਂ ਕਿ ਇੱਕ داخਲੀ ਤੇ ਦੂਜੀ ਖਾਰਜੀ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਅਵਲীন ਜ਼ਰਾਈ ਅਵਲীন ਜ਼ਰਾਈ ਵਿੱਚ ਉਹ ਮਵਾਦ ਇਹ ਜਾਂ ਉਹ ਜ਼ਰੀਆ ਹੈ ਜਿੱਥੋਂ ਮਵਾਦ ਮਿਲ ਸਕੇ ਆਸਾਨੀ ਨਾਲ ਯਾਨੀ ਮਸਵਦੇ ਡਾਇਰੀਆਂ ਖਤੂਤ ਤਾਰੀਖੀ ਦਸਤਾਵੇਜ਼ਾਤ ਕਾਨੂੰਨੀ ਦਸਤਾਵੇਜ਼ਾਤ ਤਿਬੀ ਰਿਕਾਰਡ ਤਾਲੀਮੀ ਰਿਕਾਰਡ ਮਲਾਜ਼ਮਤ ਦੇ ਰਿਕਾਰਡ ਸੈਕੰਡਰੀ ਮਾਖਜ਼ ਯਾਨੀ ਇਹਨਾਂ ਜਰੀਏ ਤੁਹਾਨੂੰ ਦੱਸੇ ਨੇ ਇਹਨਾਂ ਜ਼ਰੀਆਂ ਤੋਂ ਇਲਾਵਾ ਜਿਹਰੇ ਨੇ ਸਾਰੇ ਅਨਾਸਰ ਸਾਰੇ ਜ਼ਰੀਏ ਉਹ ਸਾਡੇ ਪ੍ਰਾਇਮਰੀ ਯਾਨੀ ਸੈਕੰਡਰੀ ਮਾਖਜ਼ਾਤ ਵਿੱਚ ਸ਼ਾਮਿਲ ਹੋਣਗੇ ਹੁਣ ਅਸੀਂ ਗੱਲ ਕਰਾਂਗੇ داخਲੀ ਮਵਾਦ داخਲੀ ਮਵਾਦ ਇਹ ਕਿਸੇ ਵੀ ਮਸਨਦ ਦੀਆਂ ਜਿਹੜੀਆਂ ਲਿਖਤਾ ਹੁੰਦੀਆਂ ਨੇ ਉਹਦੀ ਆਪ ਲਿਖੀ ਹੋਈਆਂ ਚੀਜ਼ਾਂ ਦੀ ਤਸਨੀਫਾਂਤ ਉਹ ਸਾਡਾ داخਲੀ ਮਵਾਦ ਹੈ ਤੇ ਖਾਰਜੀ ਮਵਾਦ ਉਹ ਮਵਾਦ ਜਿਹੜਾ ਦੂਜਿਆਂ ਕੋਲੋਂ ਲਿੱਤਾ ਜਾਵੇਗਾ ਦੂਜਿਆਂ ਕੋਲੋਂ رائے ਲਈਤੀ ਜਾਵੇਗੀ ਯਾਨੀ ਅਗਰ ਕਿਸੇ ਸ਼ਖਸੀਅਤ ਉੱਤੇ ਕੰਮ ਕਰ ਰਹੇ ਆ ਤੇ ਉਹਨਾਂ ਦੇ ਦੋਸਤ ਆਬਾਬ ਕੋਲੋਂ ਉਹਨਾਂ ਬਾਰੇ ਗੱਲ ਕੀਤੀ ਜਾਵੇ ਉਹਨਾਂ ਦੇ ਬਾਰੇ ਇੰਟਰਵਿਊ ਲਿੱਤਾ ਜਾਵੇ ਇਹ ਸਾਡਾ ਖਾਰਜੀ ਮਵਾਦ ਹੈ ਦਰਅਸਲ ਜਿਹੜਾ ਪ੍ਰਾਇਮਰੀ ਤੇ ਖਾਰਜੀ ਮਵਾਦ ਹੁੰਦਾ ਹੈ ਉਹ ਤਕਰੀਬਨ ਇੱਕੋ ਹੀ ਸ਼ੈ ਦੇ ਦੋ ਨਾਂ ਨੇ ਉਨਾ ਸੀ ਗੱਲ ਕਰਾਂਗੇ ਤਹਿਕੀਕ ਦੇ ਜਿਹੜੇ ਮਾਕਜ਼ਾਦ ਨੇ ਤਹਿਕੀਕ ਦੇ ਜਿੰਨੇ ਵੀ ਮਾਕਜ਼ਾਦ ਨੇ ਯਾਨੀ ਜਿੰਨੇ ਵੀ ਜ਼ਰਾਏ ਨੇ ਉਹਨਾਂ ਦੀਆਂ ਦੋ ਕਿਸਮਾਂ ਜਾਂ ਦੋ ਸੂਰਤਾਂ ਹੁੰਦੀਆਂ ਨੇ ਪਹਿਲੀ ਸੂਰਤ ਹੈ ਕਦੀਮ ਯਾਨੀ ਕਦੀਮ ਮਾਕਜ਼ਾਦ ਦੂਜਾ ਹੈ ਜਦੀਦ ਮਾਕਜ਼ਾਦ ਕਦੀਮ ਮਾਕਜ਼ਾਦ ਵਿੱਚ ਕਿਤਾਬਾਂ ਮਤਬੂਆ ਤੇ غیر ਮਤਬੂਆ ਖਤ ਲਿਖਤਾ ਰਜਿਸਟਰਡ ਖਤ ਡਾਇਰੀਆਂ ਅਖਬਾਰ ਰਸਾਲੇ ਤੇ ਮੈਗਜ਼ੀਨ ਵਗੈਰਾ ਸ਼ਾਮਿਲ ਨੇ ਇਹ ਸਾਰੇ ਕਦੀਮ ਮਖਜ਼ਾਤ ਨੇ ਜਦੀਦ ਮਖਜ਼ਾਤ ਵਿੱਚ ਮਸਨਦ ਦੇ ਜ਼ਾਤੀ ਕਾਗਜ਼ਾਤ ਕਾਨੂੰਨੀ ਦਸਤਾਵੇਜ਼ਾਂ यानी कोई मुकदमे की कार्रवाई है या वसीयतनामा है जायचे ने तलीमी दे सर्टिफिकेट पासपोर्ट राशन कार्ड क्रेडिट कार्ड वगैरह यह सारे कानूनी दस्तावेजात आ जाते हैं इस तो बाद, बसरी मवाद यानी जेरे वेखे जान, फिल्मी, वीडियो केसेट या तकरीरी मूवी वगैरह तो इलावा ਜਿਹੜਾ ਇੰਟਰਵਿਊ ਆ ਜਾਏਗਾ ਜੇਕਰ ਜ਼ਿੰਦਾ ਹੋਏਗਾ ਤਾਂ ਵੀ ਜਿਹ ਉਹ ਉਹਦਾ ਨਾ ਹਸਤਾ ਮਰ ਚੁੱਕਿਆ ਹੈ ਜਿਹਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਤੇ ਉਹਦੇ ਵੀ ਜਿਹੜਾ ਇੰਟਰਵਿਊ ਏ ਉਹ ਕੋਈ ਪੁਰਾਣਾ ਰਿਕਾਰਡ ਹੋਇਆ ਹੋਏਗਾ ਕਿਉਂਕਿ ਇੰਟਰਵਿਊ ਜੇ ਅਗਰ ਰਿਕਾਰਡਡ ਏ ਬਸਰੀ ਸੂਰਤ ਵਿੱਚ ਏ ਜਾਂ ਆਡੀਓ ਸੂਰਤ ਵਿੱਚ ਐ ਜਦੀ ਚੀਜ਼ ਨੇ ਜਦੀ ਟੈਕਨੋਲੋਜੀ ਏ ਕਦੀਮ ਦੌਰ ਵਿੱਚ ਐਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਕਿ ਕਦੀਮ ਦੌਰ ਵਿੱਚ ਹੱਥ ਲਿਖਤਾਂ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਸੀ ਪ੍ਰਿੰਟਿੰਗ ਪ੍ਰੈਸ ਨਹੀਂ ਸਨ ਕੋਈ ਇਲੈਕਟ੍ਰੋਨਿਕ ਮੀਡੀਆ ਵਗੈਰਾ ਕੋਈ ਐਸਾ ਮੀਡੀਅਮ ਨਹੀਂ ਸੀ ਮੌਜੂਦ ਜਿਦੇ ਵਿੱਚ ਕੋਈ ਰਿਕਾਰਡਿੰਗ ਕੀਤੀ ਜਾ ਸਕੇ ਤਸਵੀਰਾਂ ਬਣਾਈਆਂ ਜਾ ਸਕਣ ਇਸੇ ਲਈ ਇਹ ਸਾਰੀ ਟੈਕਨੋਲੋਜੀ ਸਾਡੇ ਜਨਦੀਦ ਮਾਗਜ਼ਤ ਵਿੱਚ ਆ ਜਾਏਗੀ ਇੰਟਰਵਿਊਏ ਤੇ ਕਿਸੇ ਅਖਬਾਰ ਜਾਂ ਚੈਨਲ ਤੋਂ ਉਹਦਾ ਪੁਰਾਣਾ ਕੋਈ ਇੰਟਰਵਿਊ ਕਰੋ ਮਰ ਚੁੱਕਿਆ ਹੈ ਤੇ ਉਹਦਾ ਪੁਰਾਣਾ ਇੰਟਰਵਿਊ ਲੈ ਲੇਤਾ ਜਾਏ مراسلاتی استقلال یا سوالنامہ میں خط لکھ کے موعد بھیجنا یا مغوانا بیاض یا کشکول بیاض یا کشکول تو مراد ہوندا ڈائری جی کوئی شاعر پرسنلٹی ہے شاعرانوں عادت ہوندی ہے یعنی انہاں دی ایک نیچر ہوندی ہے تمام شاعر ہستیاں دی ਕਿ ਉਹ ਆਪਣਾ ਕਲਾਮ ਜਾਂ ਕਿਸੇ ਦੂਸਰੇ ਸ਼ਾਇਰ ਦਾ ਕਲਾਮ ਕੋਈ ਉਹਨਾਂ ਨੂੰ ਚੰਗਾ ਲੱਗੇ ਤੇ ਆਪਣੀ ਡਾਇਰੀ ਵਿੱਚ ਨੋਟ ਕਰ ਲੈਂਦੇ ਨੇ ਤੇ ਉਹ ਜਿਹੜੇ ਉਹਨਾਂ ਦੀ ਨੋਟ ਕੀਤੀ ਹੋਈ ਡਾਇਰੀ ਹੁੰਦੀ ਹੈ ਉਹਨੂੰ ਅਸੀਂ ਬਿਆਸ ਜਾਂ ਕਸ਼ਕੋਲ ਕਹਿੰਦੇ ਆ ਜਦੋਂ ਵੀ ਕੋਈ ਤਹਿਕੀਕ ਦਾ ਮਕਾਲਾ ਲਿਖਿਆ ਜਾਂਦਾ ਹੈ ਤੇ 65% ਜਿਹੜਾ ਮਵਾਦ ਹੁੰਦਾ ਹੈ ਉਹ ਕਿਤਾਬਾਂ ਤੋਂ ਹਾਸਲ ਕੀਤਾ ਜਾਂਦਾ ਹੈ 30% ਰਸਾਲਿਆਂ ਤੋਂ ਤੇ 5% ਦੇ ਉਹ ਦੂਜੇ ਜਿਹੜੇ ਹੁੰਦੇ ਨੇ ਮਾਕਜ਼ਾਤ ਹੁੰਦੇ ਨੇ ਜਿਦੇ ਵਿੱਚ ਇੰਟਰਨੈਟ ਇੰਟਰਨੈਟ ਜ਼ਿਰਾਏ ਜਾਂ ਦੂਜੇ ਜ਼ਿਰਾਏ ਆ ਜਾਂਦੇ ਨੇ ਉਹ 5% ਮਵਾਦ ਹੁੰਦਾ ਹੈ ਯਾਨੀ ਸਭ ਤੋਂ ਸਹਜਾ ਜਿਹੜੀ ਪ੍ਰਾਇੋਰਟੀ ਹੈ ਅਹਿਮੀਅਤ ਹੈ ਉਹ ਕਿਤਾਬਾਂ ਤੋਂ ਜਿਹੜਾ ਮਵਾਦ ਹਾਸਿਲ ਕੀਤਾ ਜਾਂਦਾ ਉਹ ਹੁੰਦਾ ਉਸ ਤੋਂ ਬਾਅਦ ਇੰਟਰਵਿਊ ਰਸਾਲੇ ਮੈਗਜ਼ੀਨ ਜਾਂ ਅਖਬਾਰ ਵਿੱਚ ਕੋਈ ਕਾਲਮ ਹੈ ਜਾਂ ਕੋਈ ਵੀ ਚੀਜ਼ ਛਪੀ ਹੈ ਇਹ ਸਾਰੀ ਚੀਜ਼ਾਂ 30% ਅਹਿਮੀਅਤ ਰੱਖਦੀ ਹੈ 5% ਦੂਰੇ ਦੂਜੇ ਜਿਹਰੇ ਮਾਕਸਾਦ ਨੇ ਉਹ ਅਹਿਮੀਅਤ ਰੱਖਦੇ ਨੇ